अस्सलामुअलैकुम जी, गुड मॉर्निंग, क्या हाल चाल है? ठीक ठाक हो? ਸਾਡਾ ਮਾਰਨ ਦਾ ਟਾਈਮ ਹੋਇਆ ਤੇ ਆਪਾਂ ਨਾਸ਼ਤਾ ਕਰਕੇ ਨਿਕਲ ਆਏ ਆ। ਜਾਣਾ ਸੀ ਗੱਡੀ ਨੂੰ ਕੋਟਲੇ ਲੈ ਗਏ, ਇਹਦੇ ਪਲੱਗ ਸ਼ਕ ਥੋੜੇ ਮੈਂ ਸਾਫ ਕਰਵਾਈਏ ਤੇ ਮੈਂ ਜਾ ਰਿਹਾ ਸੀ ਕੋਟਲੇ। ਇਹ ਜੀ ਮੈਂ ਸ਼ਾਮਪੁਰ ਗਾਉਂ ਸੇ ਜਾ ਰਹਾ ਹੂੰ। ਅਭੀ ਸ਼ਾਮਪੁਰ ਕੇ ਵੀ ਇਧਰ ਯੇ ਜੋ ਗਾਉਂ ਹੈ ਨਾ ਸ਼ਾਮਪੁਰ, ਇਧਰ ਕੇ ਵੀ ਮੇਰੇ ਫੈਨ ਕਾਫੀ ਹੈ। ਸੋ ਕੁਛ ਖੱਜ ਵੀ ਮਾਰਦੇ ਆ, ਕੋਈ ਮੇਰੇ ਖੱਜ ਮਾਰਦੇ ਨੇ ਤੇ ਕੋਈ ਮੇਰੀ ਵੀਡੀਓ ਦੇਖ ਕੇ ਲਾਈਕ ਵੀ ਕਰਦੇ ਨੇ। ਐਡਾ ਜੀ ਲਕਸ਼ਿਆਂ ਵਾਲਾ ਸ਼ਾਮਪੁਰ ਦਾ ਅਤੇ ਟੈਂਕੀ ਮੇਰੀ ਸੇ ਹੋ, ਤੇਲ ਪੂਰਾ ਨੁੱਚੜ ਗਿਆ। ਉੱਥੋਂ ਟੈਂਕੀ ਕਰਵਾਉਂਦੇ ਹਾਂ ਫੁੱਲ, ਜਗ੍ਹਾ ਅੱਲਾ ਪਾਕ ਖੈਰ ਕਰੇ, ਕਿਉਂਕਿ ਟੈਂਕੀ ਫੁੱਲ ਕਰਵਾਉਣੀ ਪੈਣੀ ਹੈ। ਸਿਆਲਕੋਟ ਵੀ ਜਾਣਾ ਹੈ ਅਤੇ ਲਾਹੌਰ ਵੀ ਸ਼ਾਇਦ ਜਾਣਾ ਪਵੇ ਇਸ ਵਾਸਤੇ। ਲਓ ਜੀ, ਫਿਰ ਅਸੀਂ ਲੱਗੇ ਜੀ ਟੈਂਕੀ ਫੁੱਲ ਕਰਵਾਉਣ। ਟੈਂਕੀ ਫੁੱਲ ਕਰਵਾਉਣ ਲੱਗੇ ਤਾਂ ਮੈਂ ਕਿਹਾ ਚਲੋ ਟੈਂਕੀ ਫੁੱਲ ਕਰਵਾ ਲਈਏ, ਕਿਉਂਕਿ ਰਾਤ ਨੂੰ ਜਾਣਾ ਸੀ ਲਾਹੌਰ। ਅਤੇ ਟੈਂਕੀ ਫੁੱਲ ਕਰਵਾਏ, ਦੇਖ ਲਓ 15,197 ਰੁਪਏ ਦਾ ਪੈਟਰੋਲ ਪੈ ਗਿਆ, ਕਰਨਾ ਇੱਥੇ ਕਿਸੇ ਨੇ ਕੀ ਹੈ ਜੀ। ਦੇਖ ਲਓ ਫਿਰ ਆ ਗਏ ਜੀ ਅਸੀਂ ਵਰਕਸ਼ਾਪ 'ਤੇ, ਇੱਥੇ ਆਉਣ ਕੇ ਗੱਡੀ ਖਿਲਾਈ, ਸਾਈਡ 'ਤੇ ਲਾਈ, ਅਤੇ ਮੈਂ ਕਿਹਾ ਚਲੋ ਪਲੱਗ ਸਾਫ ਕਰਵਾ ਲਈਏ। ਪਲੱਗ ਸਾਫ ਕਰਵਾਉਣ ਲੱਗਾ ਸੀ ਅਤੇ ਭਾਈਆ ਦੇ ਕਰਕੇ ਥੋੜ੍ਹੀ ਗੱਡੀ ਸਾਈਡ 'ਤੇ ਕਰਕੇ ਲਗਾਓ, ਮੈਂ ਕਿਹਾ ਚਲੋ ਜੀ ਅਗਾਂਹ ਕਰਕੇ ਲਾ ਦਿੰਦੇ ਹਾਂ। ਅਤੇ ਫਿਰ ਸਭ ਗੱਡੀ ਅਸੀਂ ਅਗਾਂਹ ਕਰਕੇ ਲਗਾਈ, ਉਹਨਾਂ ਨੇ ਚੁੱਕਿਆ। ਫਿਰ ਅੱਗੋਂ ਬਾਨਟ ਬਾਨਟ ਚੁੱਕਣੇ ਤੋਂ ਬਾਅਦ ਮੈਂ ਪਟਨਾ ਸ਼ੁਰੂ ਕਰ ਦਿੱਤਾ ਜੋ ਜੋ ਉਹਨਾਂ ਨੂੰ ਖੋਲ੍ਹਣਾ ਸੀ। ਅਤੇ ਕਰਮ ਵਾਲੇ ਨੇ ਕੋਟਲੇ ਇੱਥੇ ਗੱਡੀ ਦਾ ਕੰਮ ਸ਼ੰਮ ਕਰਵਾਈ ਦਾ, ਫਿਰ ਮਾਸ਼ਾਅੱਲਾ ਕੰਮ ਕਾਰ ਸਹੀ ਕਰਦੇ ਨੇ ਅਤੇ ਅਸੀਂ ਵੀ ਇਹਨਾਂ ਕੋਲ ਹੀ ਆਵੀਦਾ। ਅਤੇ ਇਹ ਦੇਖ ਲਓ ਪਲੱਗ ਹੁਣ ਬਾਹਰ ਕੱਢ ਕੇ ਅਤੇ ਇਹਨਾਂ ਨੂੰ ਲਗੇ ਨੇ ਸਾਫ ਸੁਫ ਕਰਨ। ਪਲੱਗ ਸ਼ਾਗ ਸਾਫ ਕਰਵਾਏ ਅਤੇ ਮੈਂ ਕਿਹਾ ਚਲੋ ਲੈਨਮੇਟ ਗੱਡੀ ਦੀ ਰਹਿੰਦੀ ਹੈ, ਲੈਨਮੇਟ ਹੀ ਕਰਵਾ ਲਈ ਜਾਏ। ਚੱਲਦੇ ਹਾਂ ਫਿਰ ਲੈਨਮੇਟ ਵਾਲੇ ਕੋਲ। ਇਹ ਜੀ ਕੋਟਲੇ ਆ, ਮੈਂ ਫਿਰ ਡੁੱਬ ਰਿਹਾ, ਮੈਂ ਕਿਹਾ ਚਲੋ ਆਈ ਗੱਡੀ 'ਤੇ ਥੋੜ੍ਹਾ ਬਹੁਤ ਕੰਮ ਕਾਜ ਵੀ ਕਰਵਾ ਲਈਏ, ਸਿਰਫ ਦੜਾਈ ਦੜਾ ਤਾਂ ਨਹੀਂ ਰੱਖਣੀ ਹੈ ਵੀ। ਅਤੇ ਮੈਂ ਥੋੜ੍ਹਾ ਅਗਾਂਹ ਲੰਘ ਆਇਆ ਸੀ, ਆ ਕੇ ਜੀ ਫਿਰ ਲੈਂਡਮਾਰਟ ਵਾਲਿਆਂ ਕੋਲ ਅੱਗੇ ਚੜ੍ਹੇ ਸੀ ਪੀਕਅਪ, ਪੀਕਅਪ 'ਤੇ ਲੈਂਡਮੇਟ ਹੋ ਰਹੀ ਸੀ। ਮੈਂ ਕਿਹਾ ਚਲੋ ਜੀ ਉਹ ਫਿਰ ਆਪਾਂ ਦੀ ਬਾਤ ਹੀ ਆ ਗਏ ਜੀ, ਫਿਰ ਲੈਂਡਮੇਟ ਕਰਵਾਉਂਦੇ ਹਾਂ ਜੀ, ਕਿਉਂਕਿ ਸੋ ਤੋਂ ਜਿਸ ਟਾਈਮ ਜਾਂਦੀ ਹੈ ਨਾ ਸੋਈ, ਅਤੇ ਸੋ ਤੋਂ ਜਾਣ ਕੇ ਤਾਂ ਫਿਰ ਬਬਲਿੰਗ ਕਰਨ ਲੱਗ ਪੈਂਦੀ ਹੈ, ਅੱਗੋਂ ਸਟੇਅਰਿੰਗ ਕੰਬਣ ਲੱਗ ਪੈਂਦਾ ਸੀ। ਅਤੇ ਉਹ ਨਾ ਲੈਂਡਮੇਟ ਥੋੜ੍ਹੀ ਖਰਾਬ ਸੀ, ਅਤੇ ਚੈੱਕ ਕਰਵਾਉਂਦੇ ਹਾਂ, ਲੈਂਡਮੇਟ ਖਰਾਬ ਹੋ ਗਈ, ਵੀਲ ਬੈਲਸਿੰਗ ਹੋਣੇ ਵਾਲੀ, ਅਤੇ ਜੋ ਕੁਝ ਹੋਣੇ ਵਾਲਾ ਅੱਲਾ ਪਾਕ ਖੈਰ ਕਰੇ, ਕਰਵਾਉਣੇ ਪੈਣਾ ਫਿਰ ਕੀ ਕਰੇ ਬੰਦਾ। ਮੇਰੀ ਭਾਜੀ ਹਾਂ ਚੈੱਕ ਕੀਤਾ ਤਾਂ ਕੱਲ੍ਹ ਨੇ ਤੁਹਾਡੇ ਵੀਲ ਬੈਲਸਿੰਗ ਵੀ ਹੋਣੇ ਵਾਲੀ ਹੈ, ਮੈਂ ਕਿਹਾ ਚਲੋ ਕਰ ਦਿਉ। ਉਹਨਾਂ ਨੇ ਰਿੰਗਰ ਉਹਨੂੰ ਪਲਟ ਕੇ ਲੈਣ ਦੇ ਅਤੇ ਚਾੜੇ ਮਸ਼ੀਨ 'ਤੇ, ਮਸ਼ੀਨ 'ਤੇ ਚਾੜਨ ਤੋਂ ਬਾਅਦ ਉਹਨਾਂ ਨੇ ਸ਼ੁਰੂ ਕਰ ਦਿੱਤੀ ਲੈਣ ਬੈਲਸਿੰਗ ਕਰਨੀ। ਮੈਂ ਕਿਹਾ ਚਲੋ ਇਹ ਵੀ ਕੰਮ ਮੁੱਕ ਜੇ ਨਾ ਆ ਜੇ, ਅਤੇ ਬੈਲਸਿੰਗ ਹੋਈ ਅਤੇ ਫਿਰ ਜੀ ਅਸੀਂ ਆ ਕੇ ਬਾਹਰ ਗੱਡੀ ਉੱਥੇ ਖਿਲਾ ਕੇ, ਇੱਕ ਸਾਈਡ 'ਤੇ ਦੋ ਟਾਇਰ ਹੋ ਗਏ ਸੀ ਅਤੇ ਫਿਰ ਬਿਜਲੀ ਟੁੱਟ ਗਈ, ਬਿਜਲੀ ਗਈ ਅਤੇ ਸ਼ਾਮ ਦਾ ਇੱਥੇ ਇੱਕ ਹੋਰ ਲੜਕਾ ਸੀ, ਉਹਨਾਂ ਨੂੰ ਚਾਹੀਦਾ ਸੀ ਬਲੱਡ, ਅਤੇ ਸ਼ਾਮ ਨੂੰ ਨਾ ਹੈ ਉਹਦੇ ਨਾਲ ਆ ਜਾਓ ਯਾਰ, ਉਹਨਾਂ ਨੂੰ ਬਲੱਡ ਦੇਣਾ। ਮੇਰਾ ਵੀ ਉਹ ਬੀ ਪਾਜ਼ੀਟਿਵ ਹੀ ਹੈ, ਲੇਕਿਨ ਹੁਣ ਮੈਂ ਅਗਲੇ ਦਿਨ ਦੇ ਬੈਠਾ ਸੀ। ਲਓ ਜੀ ਆ ਗਏ ਸ਼ਾਮ ਤੋਂ ਕਰਾਸ ਸਾਹਿਬ ਦੀ ਹੱਥ ਹੋਈ ਅਤੇ ਫਿਰ ਪਾ ਲਿਆ ਬੈੱਡ 'ਤੇ ਲੰਮਿਆਂ। ਡਾਕਟਰ ਸਾਹਿਬ ਮੈਂ ਕਿਹਾ ਦੇਖਦੇ ਨੇ ਫਿਰ ਵੀਡੀਓ ਸ਼ੂਟ ਕਰ ਹੀ ਲਾਂ, ਥੋੜ੍ਹੀ ਜਿਹੀ ਗੁੱਸਾ ਨਾ ਕਰ ਜਾਣ ਡਾਕਟਰ ਸਾਹਿਬ। ਇਤਿਹਾਸ ਸਾਹਿਬ ਆਉਂਦੇ ਨੇ ਬਲਾ ਬਣਾ ਲਓ ਵਲਾਗ, ਮੈਂ ਕਿਹਾ ਚਲੋ ਵਲਾਗ ਤਾਂ ਫਿਰ ਬਣਾਉਣੇ ਬਣਾਉਣਾ, ਕੀ ਕਰੀਏ ਵਲਾਗ ਤੋਂ ਬਗੈਰ ਗੁਜ਼ਾਰਾ ਨਹੀਂ। ਇਹ ਸ਼ਾਮ ਸਾਹਿਬ ਲੇਟੇ ਨੇ ਸ਼ਾਸ ਨਾਲ, ਹੁਣ ਦਬਾ ਦਬ ਨਿਕਲ ਰਿਹਾ। ਸ਼ਾਮ ਸਾਹਿਬ ਬਣਾਉਣ ਦਾ ਰਹਿ ਬੜਾ ਹੁਣ ਸੀ ਅਤੇ ਇੰਝ ਨਿਕਲ ਰਿਹਾ ਜਿਸ ਤਰ੍ਹਾਂ ਬੜੇ ਖਾਸ ਕੰਮ ਹੋ ਰਿਹਾ ਸੀ। ਲਓ ਜੀ ਲੋਕ ਸ਼ਾਮ ਸਾਹਿਬ ਰੰਗ ਲਿਆ ਨਾਲ, ਬਲੱਡ ਦਿੱਤਾ ਸੀ, ਫਿਰ ਅੱਛਾ ਨਹੀਂ ਲੱਗਦਾ। ਲੋ ਫਿਰ ਆਪਾਂ ਜਾ ਰਹੇ ਸੀ ਗਰਾਊਂਡ ਵੀ, ਜਾਣ ਕੇ ਝੱਟ ਸੁੱਤੇ ਹਾਂ। ਮੈਂ ਕਿਹਾ ਨੀਂਦਰ ਵੀ ਫੰਡ ਲਈਏ, ਰਾਤ ਨੂੰ ਲਾਹੌਰ ਨੂੰ ਨਿਕਲਣਾ। ਅਤੇ ਨੀਂਦਰ ਫੰਡਣ ਤੋਂ ਬਾਅਦ ਜੀ ਆਪਾਂ ਫਿਰ ਜਾ ਰਹੇ ਸੀ ਗਰਾਊਂਡ ਵਿੱਚ, ਗਰਾਊਂਡ ਵਿੱਚ ਜਾਂਦੇ ਹੋਏ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰ ਲਈਏ। ਇੱਥੋਂ ਕੱਢਿਆ ਸਕੂਟਰ, ਸਕੂਟਰ ਕੱਢਿਆ ਨਵਾਂ ਕਢਵਾਇਆ ਸੀ 63 ਮਿੰਟ, ਅਤੇ ਇਹਦੇ 'ਤੇ ਮੈਂ ਜਾ ਰਿਹਾ ਜੀ ਹੁਣ ਨੈੱਟ 'ਤੇ। ਲੋ ਨੈੱਟ 'ਤੇ ਆਏ ਅਤੇ ਇੱਥੇ ਮੋੜੇ ਪਏ ਸੀ ਇੱਕ ਦੂਜੇ ਨਾਲ, ਬੜਾ ਕੰਮ ਮਾਰਦੇ ਸੀ ਫਿਰ ਜਿਸ ਤਰ੍ਹਾਂ ਬੜਾ ਕੋਈ ਬੰਦਾ ਮਾਰ ਦੇਣ ਦੇ। ਅਤੇ ਫਿਰ ਜੀ ਆਪਾਂ ਉੱਠ ਕੇ ਗੇਮ ਸਟਾਰਟ ਕੀਤੀ,
ਗੇਮ ਸ਼ੋਅ ਕਰਦੇ ਬਾਅਦ ਆ ਜੀ ਕਾਰ ਕਾਰ ਰੰਗ ਫਰਲਾਈ ਤਾਰੀ ਸ਼ਾਰੀ ਲਾ ਕੇ ਅਤੇ ਤਕਰੀਬਨ ਟਾਈਮ ਹੋ ਗਿਆ ਸੀ 7:30 ਦਾ ਅਤੇ ਮੈਂ ਨਿਕਲਣਾ ਸੀ 9:30 ਗੱਡੀ ਖਿੱਚੀ ਆਪਾਂ ਨਿਕਲ ਆ ਕੇ ਗੁਜਰਾਤ ਰਾਮਤਲਾਈ ਚੌਂਕ ਵਿੱਚ ਇੱਥੇ ਕੰਮ ਸੀ ਥੋੜ੍ਹਾ ਜਿਹਾ ਉਹਨਾਂ ਨਾਲ ਬੰਦਿਆਂ ਨਾਲ ਵੀ ਰੋਡ ਜਾਂਦੇ ਹਾਂ ਰਸਤੇ ਵਿੱਚ ਇੱਥੇ ਰੁਕ ਕੇ ਗੁਲਜ਼ਾਰੇ ਮਦੀਨਾ ਰੋਡ 'ਤੇ ਤੇਲ ਹੀ ਸੀ ਰੁਕੇ ਸੀ ਇੱਥੇ ਇੱਕ ਬਾਬੇ ਰੰਗ ਮਿਲਣਾ ਸੀ ਉਹਨਾਂ ਨੂੰ ਉਹਨਾਂ ਨੂੰ ਮਿਲਣ ਤੋਂ ਬਾਅਦ ਜੇ ਆਪਾਂ 7:30 ਵੀ ਸਾਡੇ ਉੱਧਰੋਂ ਗਾਓਂ ਦੇ ਨਾਲ ਇੱਕ ਗਾਓਂ ਉੱਥੋਂ ਬਕਸਾ ਆਇਆ ਸੀ ਮੈਂ ਗੱਡੀ ਖੜ੍ਹੀ ਕੀਤੀ ਅਤੇ ਆਪਾਂ ਏਅਰਪੋਰਟ ਦੇ ਅੰਦਰ ਇੰਨ ਹੋ ਗਏ ਏਅਰਪੋਰਟ ਦੇ ਅੰਦਰ ਚੱਲਦੇ ਹਾਂ ਅੰਦਰ ਆਏ ਤਾਂ ਲਾਮਾ ਇਕਬਾਲ ਸਾਹਿਬ ਦਾ ਏਅਰਪੋਰਟ ਸੀ ਇੱਥੇ ਅਸੀਂ ਬੈਠੇ ਸੀ ਬਾਹਰ ਅਤੇ ਇੱਧਰ ਸਾਈਡ 'ਤੇ ਮਾਮੂ ਵੀ ਆਏ ਸੀ ਮਾਮੂ ਬਕਸਾ ਲੈ ਕੇ ਆਏ ਸੀ ਅਤੇ ਇਹ ਮਾਮਾ ਜਾਨ ਬੈਠੇ ਨੇ ਅਤੇ ਉਹ ਸਾਹਿਬ ਵੀ ਆਏ ਸੀ ਅਤੇ ਉਹ ਲੇਕਿਨ ਟੁੱਟ ਗਏ ਨੇ ਅਤੇ ਅਸੀਂ ਇੱਥੇ ਹੀ ਆਉਂ ਅਤੇ ਇਹ ਮੇਰੇ ਨਾਲ ਇੱਕ ਡਰਾਈਵਰ ਨੇ ਇਹ ਜਿਹੜੇ ਆਏ ਸੀ 7:30 ਬਕਸਾ ਲੈ ਕੇ ਇਹ ਦੇਖ ਲਓ ਇਹ ਵੀ ਇੱਥੇ ਮੇਰੇ ਨਾਲ ਇੰਝ ਹੀ ਬੈਠੇ ਨੇ ਖੱਜਲ ਪ੍ਰੋਗਰਾਮ ਹੋ ਰਿਹਾ ਕਿਉਂਕਿ ਨਾ ਉਹਨਾਂ ਦੀ ਕਾਲ ਆ ਰਹੀ ਹੈ ਜਾਣੇ ਨਾ ਮੇਰੇ ਬੰਦੇ ਆ ਲਓ ਫਿਰ ਮਿਲਦੇ ਹਾਂ ਕੱਲ੍ਹ ਵਾਲੇ ਵਲੋਗ 'ਚ ਮਿੱਤਰੋ।